लो जी जहाज आ गया पाकिस्तान का, जबरदस्त क्या बात है। मैं हूं मलक नदीम और आप देख रहे हैं मेरा YouTube चैनल प्यो पुत्र, और जल्दी से चैनल को करें सब्सक्राइब ताकि बेल आइकॉन को दबा दें ताकि हर आने वाली नई वीडियो फनी और मालूमती वीडियो आप तक पहुंचती रहे। अच्छा जी, तो अज जी बेंगनी आ मैं सब्जियां दे रेट तुम दस दिए बेची आ 50 रुपए किलो मंडी दे विच, उस तो बाद मिर्चा बेचियां वा तकरीबन 80 रुपए किलो, सूंगरी साग आ लियां, करेले बेचे 40 रुपए किलो, तो गाजर बेचियां 60 रुपए किलो, अज शार सी, उस तो बाद टिंडी 80 रुपए किलो विकी आ, मटर 400 रुपए किलो विके, अज मूंगरे 200 रुपए किलो, तो मूलियां का गुट्टा 100 रुपए का, प्याज 600 रुपये, 500 रुपए धड़ी हो गया बस 100 रुपए किलो, 120 रुपए किलो, उस तो बाद गोभी 60 रुपए किलो विकी है, गोभी थले आ गई है, तो मुकामी शुरू हो गई इस वास्ते, तो उस तो बाद और की है मूंगरे, मूंगरे भी हो गए 200 रुपये, डॉक्टर MBBS आ चुके ने, तो ये असलों ही सब्जियां इतों ना 150 रुपए धड़ी, 200 रुपए धड़ी ले जाने वाले बंदे आ, अगे जाके आंदे आ 150 रुपए किलो करेले ने मुड़, ते बैंगनी 150 रुपए किलो ने, ते गरीब आवाम बेचारी मर जांदी पीसी जांदी आ, सानू इह 150 दी धड़ी नहीं दिंदे, आ करेले 150 दे 5 किलो ले जाने आ, कहिंदा नहीं 130 रुपए ला, हुण मैनूं दस्सो इहनूं 130 मैं दे देणे, अगे जाके इहने 150 रुपए किलो बेचणे आ, ते इहने खून चूस लैणा वा, इन्ना ते नवाज शरीफ इमरान खान ने नहीं चूसिया, किधर गया जिन्ना इन्हां ने चूसिया वा। अच्छा जी, न्यू सब्जी मंडी आ गए हां, ते करेले दी बोली शुरू होण लगी आ, बेंगनी बेंगन 300-400 रुपए दे विके आ, कोई रेट नहीं गा, मर गया जिम्मेदार, 16-1700 दे शलजम विके, बोली हो चुकी है, खीरा अज 8-900 1000-1100 तक खीरा विकिया, रेट अज तेज सी खीरे दा, करेले दी बोली शुरू होण वाली आ सब्जी मंडी आरा वाला, उस तो बाद ਐ ਤੁਸੀਂ ਦੇਖ ਰਹੇ ਹੋ ਮੰਡੀ ਦੀ ਤਾਮੀਰ ਜਿਹੜੀ ਆ ਉਹ ਤੇਜ਼ੀ ਦੇ ਨਾਲ ਜਾ ਰਹੀ ਆ, ਠੀਕ ਹੋ ਗਿਆ, ਅਤੇ ਆੜਤੀ ਹਜ਼ਾਰ ਘੁੰਮ ਫਿਰ ਰਹੇ ਆ, ਅਤੇ ਵੇਚਣ ਦੀ ਕੋਸ਼ਿਸ਼ ਕਰਦੇ ਪਏ ਆ ਕਿਸੇ ਗਰੀਬ ਆਦਮੀ ਨੂੰ ਫੜ ਤੜ ਕੇ, ਬਾਕੀ ਹੁਣ ਸਬਜ਼ੀ ਸਵੇਰ ਵਾਸਤੇ ਲੈਣੀ ਆ, ਅਤੇ ਅਸੀਂ ਐਂਡ ਕਰ ਦੇਣਾ ਥੋੜ੍ਹੀ ਬਹੁਤੀ ਸਬਜ਼ੀ ਲੈਣੀ ਆ, ਠੀਕ ਹੋ ਗਿਆ, ਓਕੇ ਹੋ ਗਿਆ, ਅਸੀਂ ਲੈ ਕੇ ਆਏ ਹਾਂ ਅਲੀ ਵਾਸਤੇ ਗੇਂਦ ਅਤੇ ਬੈਟ ਨਵਾਂ, ਦੇਖੋ ਜੀ ਆਹ ਬਾਲ ਆ, ਅਤੇ ਆਹ ਬੈਟ ਆ, ਵਿਕਾਸ ਖੇਲਦਾ ਪਿਆ ਛੋਟਾ ਆ, ਇਹ ਪਲਾਸਕਟ ਦਾ ਬੈਟ ਆ ਜੀ, ਚੈੱਕ ਕਰੀਓ, ਐ ਜੀ ਇਹ ਪਲਾਸਟਿਕ ਦਾ ਬੈਟ ਆ, ਅਤੇ ਚੱਲ ਵੀ ਬਾਲ ਕਰਾ ਲਈ, ਇਹ ਕਾਫੀ ਮਜ਼ਬੂਤ ਹੈਗਾ, ਇਹਦੇ ਨਾਲ ਇੱਕ ਬਾਲ ਵੀ ਆਈ ਆ 7 ਰਬਟੀ, ਅਤੇ ਇਹ ਆਇਆ ਵਾ 300 ਰੁਪਏ ਦਾ ਆਇਆ ਵਾ ਬੈਟ ਵੀ, ਆਹ ਬਾਲ ਵੀ, ਅਤੇ ਇੱਕ ਉਹ ਦੂਸਰੀ ਬਾਲ ਹੈਗੀ ਆ 7 ਰਬਟੀ, ਉਹ 50 ਰੁਪਏ ਦੀ, ਯਾਨੀ ਕਿ 300 ਰੁਪਏ ਦਾ ਸਮਾਨ ਹੈ, ਕਹਿੰਦਾ ਸੀ ਮੈਂ ਕ੍ਰਿਕਟਰ ਬਣਨਾ ਵਾਂ, ਅਤੇ ਇਸ ਵਾਸਤੇ ਅੱਜ ਪਾਕਿਸਤਾਨ ਦਾ ਕੱਲ੍ਹ ਮੈਚ ਵੀ ਜਿੱਤਿਆ ਸੀਗਾ, ਮੈਂ ਕਿਹਾ ਚਲੋ ਅੱਜ ਇਹਦਾ ਬਣਦਾ ਵਾ ਗੇਂਦ ਬੈਟ, ਅਤੇ ਇਹਦਾ ਲਿਆ ਕੇ ਦਈਏ, ਗੇਂਦ ਬੈਟ ਇਹਨੂੰ ਲਿਆਣ ਕੇ ਦਿੱਤਾ ਵਾ, ਅਤੇ ਅੱਜ ਮੈਚ ਲੱਗਾ ਹੋਇਆ ਵਾ ਸਾਊਥ ਅਫਰੀਕਾ ਅਤੇ ਨਿਊਜ਼ੀਲੈਂਡ ਦਾ, ਸਾਡੀ ਦੁਆ ਵਾ ਕਿ ਸਾਊਥ ਅਫਰੀਕਾ ਜਿੱਤ ਜਾਏ, ਅਫਰੀਕਾ ਜਿੱਤੇਗੀ ਅਲੀ, ਸਾਊਥ ਅਫਰੀਕਾ ਜਿੱਤੂਗੀ ਅਤੇ ਪਾਕਿਸਤਾਨ ਨੇ ਹੌਲੀ ਹੌਲੀ ਸੈਮੀਫਾਈਨਲ ਨੂੰ ਜਾਣਾ ਵਾ, ਬਾਕੀ ਤਾਂ ਉਹਦੇ ਘਰ ਨੂੰ ਜਾਣ ਵਾਲੇ ਰਾਹ ਹੈਗੇ ਆ, ਜਿਵੇਂ ਦਾ ਉਹਦਾ ਹਿਸਾਬ ਕਿਤਾਬ ਵਾ, ਅੱਜ ਜਿੱਤੇ ਸਾਊਥ ਅਫਰੀਕਾ ਨਿਊਜ਼ੀਲੈਂਡ ਹਾਰ ਜਾਵੇ, ਅਤੇ ਅੱਗੇ ਜਿਹੜੇ ਮੈਚ ਆ ਰਹੇ ਆ ਉਹਨਾਂ 'ਚੋਂ ਜਿਹੜਾ ਮੈਚ ਕਹਿ ਸਕਦੇ ਹਾਂ ਜਿਹੜਾ ਜ਼ਰੂਰੀ ਮੈਚ ਆ ਇੰਗਲੈਂਡ ਆਸਟ੍ਰੇਲੀਆ, ਉਹਦੇ 'ਚ ਵੀ ਇਹੀ ਦੁਆ ਕਰਨੀ ਆ ਵੀ ਇੰਗਲੈਂਡ ਜਿੱਤੇ ਆਸਟ੍ਰੇਲੀਆ ਹਾਰ ਜਾਏ, ਫਿਰ ਆਸਟ੍ਰੇਲੀਆ ਦਾ ਅਫਗਾਨਿਸਤਾਨ ਨਾਲ ਅਤੇ ਬੰਗਲਾਦੇਸ਼ ਨਾਲ ਮੈਂ ਕੋਸ਼ਿਸ਼ ਇਹੀ ਆ ਕਿ ਵੀ ਅਫਗਾਨਿਸਤਾਨੀਆਂ ਨੂੰ ਕਹੀਏ ਕਿ ਵੀ ਇੱਕ ਮੈਚ ਹੋਰ ਜ਼ਰਾ ਜਿੱਤ ਲਓ, ਆਸਟ੍ਰੇਲੀਆ ਨੂੰ ਹਰਾਓ ਤਾਂ ਕਿ ਪਾਕਿਸਤਾਨ ਦੇ ਸਮੇਂ ਫੈਲ ਚ ਜਾਣ ਦੇ ਚਾਂਸ ਵੱਧ ਜਾਣ, ਬਾਕੀ ਇਹ ਟੀਮ ਹੈ ਘਰ ਨੂੰ ਜਾਣ ਦੇ ਲੈ ਕੇ ਤਾਂ ਮੈਚ ਲੱਗ ਚੁੱਕਾ ਹੈ, ਆ ਬਾਹਰ ਵੈਸਟ ਇੰਡੀਜ਼ ਚੋਂ ਨਵੇਂ ਨਵੇਂ ਪਲੇਅਰ ਆਏ ਹੋਏ ਆ ਜੀ, ਤੇ ਇਹ ਗਲੀ ਦੇ ਵਿੱਚ ਖੇਡਣ ਦੇ ਆ, ਦੇਖੋ ਜੀ, ਤੇ ਇਧਰ ਫਾਸਟ ਬੋਲਰ ਉਮਰ ਗੋਲ ਲੱਗਾ ਹੋਇਆ ਵਾ, ਆ ਉਮਰ ਗੋਲ ਆ ਘਸ ਘਸ ਕੇ ਇੰਨਾ ਕੁ ਰਹਿ ਗਿਆ, ਇਹ ਮੇਰਾ ਭਾਣਜਾ ਹੈਗਾ ਵਾ, ਤੇ ਇਹ ਉਮਰ ਦਾ ਨਾਮ ਆ, ਅਸੀਂ ਇਹਨੂੰ ਉਮਰ ਗੋਲ ਕਹਿੰਦੇ ਸ਼ੌਕ ਨਾਲ। ਅੱਛਾ ਯਾਰ, ਜਿਹੜਾ ਵੀਡੀਓ ਵੇਖੇ ਤੇ ਮੈਨੂੰ ਦੱਸਿਓ ਕਿ ਵੀ ਜ਼ਰਾ ਗੌਰ ਨਾਲ ਵੇਖੋ ਇਹਦੀ ਸ਼ਕਲ ਕਿਹਦੇ ਨਾਲ ਰਲਦੀ ਆ, ਉਹ ਜਿਹੜਾ ਬਲੋਚਿਸਤਾਨ ਦਾ ਮੁੰਡਾ ਵਾ, ਬਲੋਚਿਸਤਾਨ ਦੇ ਵਿੱਚ ਮੁੰਡਾ ਹੈਗਾ ਵਾ, ਸਿਰ ਤੇ ਕਾਲੀ ਟੋਪੀ ਤੇ ਸਟਾਰ ਜਿਹਾ ਬਣਿਆ ਵਾ, ਅਬਦੁੱਲਾ ਵਾ ਕਿ ਕੀ ਨਾਮ ਆ ਉਹਦਾ, ਉਹਦੇ ਵਰਗਾ ਨਹੀਂ ਲੱਗਦਾ ਇਹ, ਹੈਂ ਲਓ ਜੀ, ਆ ਹਲੇ ਵੀ ਆਪਣਾ ਗੇਂਦ ਬੈਟ ਬਾਹਰ ਲੈ ਆਇਆ, ਮੈਨੂੰ ਲੱਗਦਾ ਇਹ ਅੱਜ ਵਾਸਤੇ ਹੀ ਆ ਗੇਂਦ ਬੈਟ ਭੰਨ ਦੇਣਾ, ਉਹ ਕਿੱਥੇ ਚੱਲਾਂ ਵਾ, ਕੈਮਰਾ ਇਹਨੂੰ ਕਰ ਲਿਆ, ਲਓ ਜੀ ਕੈਮਰਾ ਬੰਦ ਕਰ ਦੇ, ਲਓ ਜੀ ਚੌਕਾ ਹੋ ਗਿਆ ਵਾ, ਆਸਤਾ ਆਸਤਾ ਅਸਰ ਦਾ ਅਸਰ ਦੀ ਜਿਹੜੀ ਆ ਮੈਂ ਨਮਾਜ਼ ਪੜ੍ਹ ਲਈ ਆ, ਅਜ਼ਾਨ ਹੋ ਗਈ ਨਮਾਜ਼ ਪੜ੍ਹ ਲਈ ਆ, ਅਤੇ
शाम का टाइम आ देखो जी सूरज बिलकुल लालिया होया पिया वा ते कोई ओदी गर्मी नहीं कोई सुहा नहीं यानी कि ठंडक काफ़ी सारी हैगी आ ते शाम का टाइम आ हल्की हल्की ना धुंद होनी महसूस शुरू हो चुकी आ हुण मुंडा वेख लो जी वीडियो बन गई आ ते ने ही चोरी दे पट्ठे खवा खवा बकरा करवाने वास्ते तैयार कर लेना हाँ अच्छा जी आ साडा चाचे दा मुंडा वा जी आती साहब ए लाहौर हुंदा जी जुत्तियां वाली फैक्टरी जे कम करदा वा जुत्तियां बनाउंदा स्पैशल ते इना दा खाना भी जुत्तियां ते सोना भी जुत्तियां ते क्योंकि मैं आप भी 5 साल कम कीता है जुत्तियां दा ते बंदे नूं कोई होश नहीं हुंदी जुत्तियां ते सो रिहा वा जुत्तियां ते नहा रिहा वा हर शै जुत्तियां दे उत्ते हां जी कोई टाइम नहीं लगदा ते हुण अज असीं अज दे ब्लॉग दा करदे हां एंड क्योंकि काफ़ी सारी देर हो गई आ ते फिर किसी नए व्लॉग दे नाल तुहानू मिलांगे गल करांगे ते वीडियो अच्छी लगे ते लाइक सब्सक्राइब कर दिओ बैल आइकॉन नू दबा दिओ ताकि हर आने वाली नई वीडियो फनी ते मालूमाती वीडियो तुहाडे तक पहुँचती रहे ते वीडियो ते बहुत टाइम लगता वा एवें नहीं बन जाती सारी दिहाड़ी लग जाती है ते चाचा कर दे यार तेरी मेहरबानी सब्सक्राइब ते बाजी तू भी कर दे सब्सक्राइब मेहरबानी तेरी ते बस मिलते हैं फिर किसी नई वीडियो दे नाल ते पाकिस्तानी नारे दे नाल कर दे एंड वीडियो दा पाकिस्तान जिंदाबाद जिंदाबाद चलो जी।